ਹੁਣ ਆਨੰਦ ਸਾਹਿਬ ਦੇ ਵਿੱਚ ਪੜਿਆ, ਰੋਜ਼ ਪੜ੍ਹਦੇ ਆ, ਦਿਨ ਚਾਰ ਵਾਰੀ ਪੜ੍ਹਦੇ ਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲੇ ਭਾਈ। ਅਸੀਂ ਕਿਹਦੇ ਨਾਲ ਰਹਿੰਦੇ? ਮੈਂ ਮੇਰੀ ਦੇ ਨਾਲ ਰਹਿੰਦੀ 24 ਘੰਟੇ। ਤੂੰ ਉੱਥੇ ਤਾਂ ਲਿਖਿਆ ਸਦਾ ਰਹੋ ਹਰ ਨਾਲੇ। ਇਹ ਕੋਈ ਬੰਦਾ ਅਨਪੜ੍ਹ ਹੋਵੇ ਜਿਹਨੇ ਕਦੇ ਵੀ ਨਹੀਂ ਸੁਣਿਆ, ਉਹਨੂੰ ਵੀ ਇਹ ਯਾਦ ਹੈ, ਕਿਉਂਕਿ ਰੋਜ਼ ਕਿੰਨੀ ਦਫ਼ਾ ਪੜ੍ਹੇ। ਪਤਾ ਹੈ ਨੀ ਕਹਿੰਦੀ ਕੀ ਹੈ, ਇਹ ਪੌੜੀ ਪਈ ਕਹਿੰਦੀ ਕੀ ਹੈ ਤਾਂ ਪਤਾ ਨੀ। ਹਰ ਸਦਾ ਰਹੋ ਹਰ ਨਾਲੇ। ਭਾਈ ਇੱਥੇ ਕਿਉਂ, ਇੱਥੇ ਇੰਨੀ ਦੁਨੀਆਂ ਨੂੰ ਕਿਉਂ ਪਾੜੇ, ਇੰਨੇ ਫਾਇਲ ਕਿਉਂ ਪਾਏ ਇੱਥੇ? ਆਪੇ ਜੱਜ ਬਣ ਜਾਂਦਾ ਹੈ, ਆਪੇ ਗਵਾਹ ਪੇਸ਼ ਕਰ ਦਿੰਦਾ ਤਮਾਸ਼ਾ ਬਣਾਇਆ। ਔਰ ਇਹੋ ਜਿਹਾ ਮਨ ਜਿਸ ਇੰਨੇ ਮੁਕੱਦਮੇ ਅੰਦਰ ਹੈਗੇ, ਉਹ ਕਦੇ ਕਦੇ ਨਾਮ ਜਪ ਸਕਦਾ ਹੈ, ਕਦੇ ਰੱਬ ਨੂੰ ਯਾਦ ਆ ਸਕਦਾ? ਉਹ ਤਾਂ ਬਾਲ ਮੁਖੀ ਹੈ। ਉੱਥੇ ਕਹਿੰਦੇ, ਉੱਥੇ ਤਾਂ ਕਹਿੰਦੀ ਬਾਣੀ ਤਾਂ ਕਹਿੰਦੀ ਮਨ ਮੇਰਿਆ ਤੂੰ ਕਰਨਾ ਕੀ, ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਤੁਹਾਡੇ ਅੰਦਰ ਹੈ। ਉਹਨੂੰ ਕਿਵੇਂ ਕਰਨਾ ਬਈ? ਉਹ ਤਾਂ ਕਹਿੰਦੇ ਜੇ ਲੱਖ ਵਾਰੀ ਲੱਖ ਜਪੋ, ਲੱਖ ਵਾਰੀ ਹੁਣ ਪੜ੍ਹ ਕੇ ਹਟਿਆ, ਲੱਖ ਵਾਰੀ ਨਹੀਂ ਇੱਕ ਦਿਵਸ ਨਹੀਂ। ਤੇ ਜਪਜੀ ਸਾਹਿਬ ਰੋਜ਼ ਪੜ੍ਹ ਰਹੇ, ਸਾਰੇ ਪੜ੍ਹਦੇ ਆ। ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਏ, ਲੱਖ ਹੋਈ ਮਲਟੀਪਲਾਈ, ਲੱਖਾਂ ਨਾਲ ਲੱਖ ਮਲਟੀਪਲਾਈ ਕਰੋ। ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਏ, ਲੱਖ ਵੀਸ, ਇੰਨੀਆਂ ਜੀਵਾਂ ਜਿਉਂ ਕੱਟੀਆਂ, ਫਿਰ ਇੱਕ ਇੱਕ ਜੀਵ ਨਾ ਲੱਖ ਲੱਖ ਜੇ ਰਾਖੀਏ, ਇੱਕ ਨਾਮ ਜਗਦੀਸ, ਇੱਕ ਨਾਮ ਦੇ ਇੱਕ, ਇੰਨੀਆਂ ਜੀਵਾਂ ਹੋ ਜਾਣ ਮਲਟੀ, ਲੱਖਾਂ ਨੂੰ ਲੱਖਾਂ ਨਾਲ ਮਲਟੀਪਲਾਈ ਕਰਨੀ, ਤਾਂ ਇੰਨੀਆਂ ਜੀਵਾਂ, ਫਿਰ ਇੱਕ ਇੱਕ ਜੀਵ ਨਾ ਫਿਰ ਲੱਖ ਵਾਰੀ ਮੈਂ। ਇਹ ਤਾਂ ਉਹੀ ਕਰੂਗਾ ਜਿਹੜਾ ਮਨ ਸ਼ਾਂਤ ਹੈ, ਜਿਹੜਾ ਮਨ ਬਾਹਰਲੇ ਮੁਕੱਦਮਿਆਂ ਤੋਂ ਬਚਿਆ ਹੋਇਆ, ਜਿਹੜਾ ਇੱਕ ਘਰ ਆਣ, ਇੱਕ ਘਰ ਚ ਆਇਆ ਹੈ, ਉਹ ਜਪ ਸਕੇਗਾ। ਨਹੀਂ ਤਾਂ ਜਪ ਨਹੀਂ ਸਕਦਾ। ਜਪਦਾ ਕੀ ਹੈ ਉਹ? ਜੇ ਜਪ ਜਿਹੜਾ ਇੱਥੇ ਬਿਠਾਏ ਹੋਇਆ ਉਹੀ ਜਪੀ ਜਾਂਦਾ, ਮੇਰੀ ਨੂੰਹ, ਮੇਰਾ ਸੱਸ, ਮੇਰਾ ਖਤਮ, ਮੇਰੀ ਵਹੁਟੀ, ਉਹੀ ਜਪੀ ਜਾਂਦਾ, ਮੇਰਾ ਪੁੱਤ ਮੀਤੀ ਜਪਦਾ ਤਾਂ ਉਹ ਹੈ। ਉੱਥੇ ਤਾਂ ਲਿਖਿਆ, ਉੱਥੇ ਲਿਖਿਆ ਹੈਗਾ ਲੱਖ ਵਾਰੀ, ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਏ, ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਕੀ, ਇੱਕ ਨਾਮ ਜਗਦੀਪ, ਇੱਕ ਅਕਾਲ ਪੁਰਖ ਦਾ ਨਾਮ ਜਪੀ, ਉਹ ਕਦੋਂ ਜਪੋਗੇ? ਜੋ ਅੰਦਰ ਸਾਫ਼ ਹੋਏਗਾ, ਸਲੇਟ ਬਿਲਕੁਲ ਸਾਫ਼ ਹੋਏਗੀ। ਅੱਛਾ, ਹੁਣ ਜਦੋਂ ਇਹੋ ਜਪਣ ਲੱਗੀਏ ਫਿਰ ਕੀ ਹੋਏਗਾ? ਫਿਰ ਕਹਿ ਹੁਣ ਗਾਹ ਕੀ ਕਹਿੰਦੇ ਹੈ, ਰੋਜ਼ ਪੜ੍ਹਦੇ ਜਪ ਅਨੰਦ ਸਾਹਿਬ ਦੇ ਵਿੱਚ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੁਣ ਕਿਹਦੇ ਨਾਲ ਹੈ? ਮੈਂ ਮੇਰੀ, ਸਭ ਤੋਂ ਪਹਿਲਾਂ ਇਹਨੂੰ ਤਾਂ ਮੈਂ ਤੇ ਮੇਰੀ ਆ, ਮੇਰਾ ਸਰੀਰ, ਮੇਰੇ ਕੱਪੜੇ, ਮੇਰਾ ਜੇਵਰ, ਮੇਰਾ ਮੇਰੀ ਹੋਂ, ਮੇਰੀ ਪਹਿਲਾਂ ਮੈਂ ਇਹਦੇ ਨਾਲ ਰਹਿੰਦਾ, ਮੈਂ ਦੇ ਤੇ ਫਿਰ ਮੇਰੀ ਦੇ। ਤੇ ਉੱਥੇ ਲਿਖਿਆ ਹੈ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਹਰੀ ਦੇ ਨਾਲ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ। ਫਿਰ ਜੇ ਤੂੰ ਉਹਦੇ ਨਾਲ ਰਹੇਗਾ, ਮੈਂ ਮੇਰੀ ਨੂੰ ਭੁਲਾ ਕੇ, ਮੈਂ ਤੇ ਮੇਰੀ ਨੂੰ ਭੁਲਾ ਕੇ ਜੇ ਰੱਬ ਦੇ ਨਾਲ ਰਹੇਗਾ, ਫਿਰ ਹਰ ਨਾਲ ਰਹੋ ਤੂੰ ਮਨ ਮੇਰੇ, ਫਿਰ ਕਿਹਦਾ ਦੁੱਖ ਸਭ ਸਾਰਨਾ। ਐਸੇ ਬੰਦੇ ਆਉਂਦੇ, ਐਸੀਆਂ ਜਨਾਨੀਆਂ ਆਉਂਦੀਆਂ, ਕਹਿੰਦੇ ਜੀ ਪੁੱਛੋ ਨਾ, ਮੈਂ ਬਹੁਤ ਦੁਖੀ ਹਾਂ। ਮੈਂ ਜੋ ਪੁੱਛਦਾ ਵੀ ਕੀ ਦੁਖੀ, ਕਹਿੰਦੇ ਮੇਰੇ ਦੁੱਖਾਂ ਦਾ ਕੀ ਕਹਿਣਾ, ਮੇਰਾ ਤਿਉਹਾਰ ਕਿ ਕੋਈ ਦੁਖੀ ਹੈ? ਮੈਂ ਦੱਸਿਆ ਨੀ ਜਾ ਸਕਦਾ। ਇੰਨੇ ਦੁੱਖ ਅੰਦਰ ਰਹਿ ਕੇ ਤੇ ਉਹ ਹਰੀ ਨਾਲ ਵੀ ਕਿਵੇਂ ਜੁੜੇ? ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ, ਫਿਰ ਸਾਰੇ ਦੁੱਖ ਜਿਹੜੇ ਅੰਦਰ ਲਈ ਜਿਵੇਂ ਗੰਢਾ ਆਉਂਦੀਆਂ ਗੰਢਾਂ, ਇਹ ਸਭ ਆਪੇ ਵਿਸਰ ਜਾਣਗੇ। ਭਾਈ ਉਹਦਾ ਧਿਆਨ ਨਾ ਕਰ, ਹਰੀਆ ਧਿਆਨ ਕਰ, ਹਰ ਨਾਲ ਰਹੋ, ਫਿਰ ਸਭ ਸਭ ਕੁਝ ਆਪੇ ਵਿਸਾਰ ਆਪੇ ਵਿਸਰ ਜਾਣਗੇ। ਦੇਖੋ ਬਾਣੀ ਕੀ ਕਹਿੰਦੀ ਹੈ,
ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਉਹ ਸਭ ਆਪੇ ਜਾਣਗੇ ਇੱਕ ਨਾ ਲੱਗੇ ਤਾਂ ਬਾਕੀ ਦੁਨੀਆਂ ਚੀਜ਼ ਆਪੇ ਉੱਡ ਜਾਏਗੀ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਸਾਰੇ ਦੁੱਖ ਕਿਉਂ ਬਈ ਕਿਸ ਤਰ੍ਹਾਂ ਵਿਸਾਰ ਕਿਸ ਤਰ੍ਹਾਂ ਉਹ ਰੱਬ ਖਬਰ ਕਿੱਥੇ ਬੈਠਾ ਉਹ ਮੇਰੇ ਦੁੱਖ ਕਿਵੇਂ ਵਿਸਾਰ ਦੇਗਾ ਮੇਰੇ ਤਾਂ ਅੰਦਰ ਅੱਗ ਲੱਗੀ ਹੈ ਹੁਣ ਬਣ ਗਿਆ ਗੀਤ ਕਹਿੰਦੀ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰ ਨਾਲ ਤੇਰੇ ਸਿਰਫ ਦੁਖੀ ਦੂਰ ਨੀ ਕਰਦਾ ਬਲਕਿ ਉਹ ਤਾਂ ਤੇਰੇ ਕਾਰਜ ਸਭ ਸਵਾਰ ਨਾਲ ਲਵ ਸਭ ਬੈਠੇ ਇੱਕ ਕਾਰਜ ਨੀ ਸਾਰੇ ਕਾਰਜ ਤੇਰੇ ਸਵਾਰ ਦੇਗਾ ਕਦੋਂ ਕਿਸ ਤਰ੍ਹਾਂ ਸਵਾਰੇਗਾ ਤੇਰੇ ਨਾਲ ਰਹਿ ਕੇ ਜਿਸ ਤਰ੍ਹਾਂ ਬੱਚਾ ਨਿਕਲਾ ਹੈ ਇਹ ਬੱਚੇ ਦੇ ਮਾਵਾਂ ਮਾਂ ਬਾਪ ਇਹ ਬੱਚੇ ਨੂੰ ਤਾਂ ਕੋਈ ਕਰੇ ਨੀ ਇਹਦਾ ਇੱਕ ਚੂਸੀ ਮਾਰੀ ਉੱਥੇ 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 ਕੋਈ ਭੰਤੀ ਉੱਥੇ ਕੋਈ ਚੀਜ਼ ਤੋੜਤੀ ਉੱਥੇ ਭੰਤੀ ਉੱਥੇ ਖਰਾਬ ਕਰਤੀ ਕਿਸੇ ਲੜਿਆ ਕਿਸੇ ਕੁਛ ਆ ਬੱਚੇ ਨੂੰ ਕੋਈ ਪਤਾ ਨੀ ਮਾਂ ਬਾਪ ਨੂੰ ਪਤਾ ਹੁੰਦਾ ਵੀ ਇਹਨੂੰ ਕੀ ਖਵਾ ਕੀ ਪਹਿਨਣਾ ਹੈ ਹੁਣ ਗਰਮੀ ਆ ਗਈ ਹੁਣ ਸਰਦੀ ਆ ਗਈ ਇਹਨੇ ਸਕੂਲ ਜਾਣਾ ਇਹਦੇ ਪੈਸੇ ਉਹ ਸਾਰਾ ਫਿਕਰ ਹੈ ਇਸ ਅੰਗ ਮਾਂ ਬਾਪ ਬੱਚੇ ਦੇ ਅੰਗ ਸੰਗ ਰਹਿ ਕੇ ਉਹਦੇ ਸਾਰੇ ਘਰ ਸਵਾਰਦਾ ਇਸ ਤਰ੍ਹਾਂ ਜੇਕਰ ਅਸੀਂ ਰੱਬ ਦੀ ਗੋਦ ਵਿੱਚ ਨਹੀਂ ਜਾਈਏ ਤਾਂ ਰੱਬ ਸਾਡੇ ਸਾਰੇ ਘਰ ਸਵਾਰਦਾ ਅੰਗੀਕਾਰ ਅੰਗੀਕਾਰ ਨਾਲ ਲੈ ਕੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਇੱਕ ਕਾਰਜ ਨੀ ਸਭ ਇਸ ਦੁਨੀਆਂ ਦੇ ਵੀ ਅਗਲੀ ਦੁਨੀਆਂ ਦੇ ਵੀ